ਬਸ ਅਸੀਂ ਜਾ ਰਹੇ ਸੀ, ਇੱਕਦਮ ਦੇਖੇ ਨਾ ਜਦੋਂ ਅੱਗ, ਫਿਰ ਅਸੀਂ ਰੋਲਾ ਜਿਹਾ ਪਾਇਆ ਵੀ ਫਿਰ ਅੱਗ ਲੱਗ ਗਈ, ਅੱਗ ਲੱਗ ਗਈ, ਫਿਰ ਇਸ ਕਰਕੇ ਸਾਰੇ ਬੰਦੇ ਇਕੱਠੇ ਹੋਏ, ਫਿਰ ਪਤਾ ਲੱਗਿਆ ਅੱਗ ਦਾ। ਕੀ ਲੱਗਦਾ ਕਿ ਰੋਲਾ ਨਾ ਪੈਂਦਾ ਹੋਰ ਕਿੰਨੀਆਂ ਗੱਡੀਆਂ ਮੱਚ ਜਾਂਦੀਆਂ? 4-5 ਗੱਡੀਆਂ ਜਾਣੀਆਂ ਸੀ। ਹਾਂਜੀ, ਪਤਾ ਲੱਗਿਆ ਫਿਰ ਕਿਵੇਂ ਲੱਗਿਆ? ਇੱਥੇ ਕੂੜੇ ਕਾਰਨ ਲੱਗੀ ਹੈ ਮੈਨੂੰ ਲੱਗਦਾ, ਸ਼ਾਇਦ ਆਈ ਥਿੰਕ ਕੂੜੇ ਦੇ ਕਰਕੇ। ਇੱਕ ਗਰਮੀ ਵੀ ਬਹੁਤ ਜ਼ਿਆਦਾ ਹੈਗਾ, ਗਰਮੀ ਕਰਕੇ ਵੀ ਹੋ ਸਕਦਾ ਹੈਗਾ। ਹਾਂਜੀ ਸਰ, ਸਾਨੂੰ ਸਰ 2255 'ਤੇ ਕਾਲ ਆਈ ਸੀ ਵੀ SSP ਸਾਹਿਬ ਦੀ ਕੋਠੀ ਦੇ ਕੋਲ ਕਾਰ ਨੂੰ ਅੱਗ ਲੱਗੀ ਹੈ ਜੀ, ਅਤੇ ਅਸੀਂ ਤੁਰੰਤ ਹੀ ਸਰ ਉੱਥੋਂ ਗੱਡੀ ਕੱਢਤੀ ਜੀ। ਕੀ ਲੱਗਦਾ ਕਾਰਨ ਕੀ ਲੱਗ ਰਿਹਾ ਤੁਹਾਨੂੰ ਦੇਖ? ਸਰ ਹਜੇ ਸਰ ਮਾਲਕਾਂ ਨੂੰ ਮਿਲੇ ਨਹੀਂ ਜੀ ਵੀ ਕੀ ਕਾਰਨ ਹੈ, ਕੀ ਗੱਲਬਾਤ ਹੈ, ਵੀ ਮੌਕੇ ਪਤਾ ਨਹੀਂ ਲੱਗਾ, ਇਸ ਤਾਂ ਕਿ ਅੱਗ ਭਜਾਉਣ ਲੱਗ ਗਈ ਜਾਂ ਕੰਟਰੋਲ ਕਰ ਲਈ। ਨੁਕਸਾਨ ਕਿੰਨਾ ਗੱਡੀ ਦਾ? ਗੱਡੀ ਸਰ ਮੂਹੇ ਮੱਚ ਗਈ ਪੂਰੀ ਸਾਰੀ ਜੀ। ਬਸ ਅਸੀਂ ਜਾ ਰਹੇ ਸੀ, ਇੱਕਦਮ ਦੇਖੇ ਨਾ ਜਦੋਂ ਅੱਗ, ਫਿਰ ਅਸੀਂ ਰੋਲਾ ਜਿਹਾ ਪਾਇਆ ਵੀ ਫਿਰ ਅੱਗ ਲੱਗ ਗਈ, ਅੱਗ ਲੱਗ ਗਈ, ਫਿਰ ਇਸ ਕਰਕੇ ਸਾਰੇ ਬੰਦੇ ਇਕੱਠੇ ਹੋਏ, ਫਿਰ ਪਤਾ ਲੱਗਿਆ ਅੱਗ ਦਾ। ਕੀ ਲੱਗਦਾ ਕਿ ਰੋਲਾ ਨਾ ਪੈਂਦਾ ਹੋਰ ਕਿੰਨੀਆਂ ਗੱਡੀਆਂ ਮੱਚ ਜਾਂਦੀਆਂ? 4-5 ਗੱਡੀਆਂ ਜਾਣੀਆਂ ਸੀ। ਹਾਂਜੀ, ਪਤਾ ਲੱਗਿਆ ਫਿਰ ਕਿਵੇਂ ਲੱਗਿਆ? ਇੱਥੇ ਕੂੜੇ ਕਾਰਨ ਲੱਗੀ ਹੈ ਮੈਨੂੰ ਲੱਗਦਾ, ਸ਼ਾਇਦ ਆਈ ਥਿੰਕ ਕੂੜੇ ਦੇ ਕਰਕੇ। ਇੱਕ ਗਰਮੀ ਵੀ ਬਹੁਤ ਜ਼ਿਆਦਾ ਹੈਗਾ, ਗਰਮੀ ਕਰਕੇ ਵੀ ਹੋ ਸਕਦਾ ਹੈਗਾ। ਹਾਂਜੀ ਸਰ, ਸਾਨੂੰ ਸਰ 2255 'ਤੇ ਕਾਲ ਆਈ ਸੀ ਵੀ SSP ਸਾਹਿਬ ਦੀ ਕੋਠੀ ਦੇ ਕੋਲ ਕਾਰ ਨੂੰ ਅੱਗ ਲੱਗੀ ਹੈ ਜੀ, ਅਤੇ ਅਸੀਂ ਤੁਰੰਤ ਹੀ ਸਰ ਉੱਥੋਂ ਗੱਡੀ ਕੱਢਤੀ ਜੀ। ਕੀ ਲੱਗਦਾ ਕਾਰਨ ਕੀ ਲੱਗ ਰਿਹਾ ਤੁਹਾਨੂੰ ਦੇਖ? ਸਰ ਹਜੇ ਸਰ ਮਾਲਕਾਂ ਨੂੰ ਮਿਲੇ ਨਹੀਂ ਜੀ ਵੀ ਕੀ ਕਾਰਨ ਹੈ, ਕੀ ਗੱਲਬਾਤ ਹੈ, ਵੀ ਮੌਕੇ ਪਤਾ ਨਹੀਂ ਲੱਗਾ, ਇਸ ਤਾਂ ਕਿ ਅੱਗ ਭਜਾਉਣ ਲੱਗ ਗਈ ਜਾਂ ਕੰਟਰੋਲ ਕਰ ਲਈ। ਨੁਕਸਾਨ ਕਿੰਨਾ ਗੱਡੀ ਦਾ? ਗੱਡੀ ਸਰ ਮੂਹੇ ਮੱਚ ਗਈ ਪੂਰੀ ਸਾਰੀ ਜੀ। ਬਸ ਅਸੀਂ ਜਾ ਰਹੇ ਸੀ, ਇੱਕਦਮ ਦੇਖੇ ਨਾ ਜਦੋਂ ਅੱਗ, ਫਿਰ ਅਸੀਂ ਰੋਲਾ ਜਿਹਾ ਪਾਇਆ ਵੀ ਫਿਰ ਅੱਗ ਲੱਗ ਗਈ, ਅੱਗ ਲੱਗ ਗਈ, ਫਿਰ ਇਸ ਕਰਕੇ ਸਾਰੇ ਬੰਦੇ ਇਕੱਠੇ ਹੋਏ, ਫਿਰ ਪਤਾ ਲੱਗਿਆ ਅੱਗ ਦਾ। ਕੀ ਲੱਗਦਾ ਕਿ ਰੋਲਾ ਨਾ ਪੈਂਦਾ ਹੋਰ ਕਿੰਨੀਆਂ ਗੱਡੀਆਂ ਮੱਚ ਜਾਂਦੀਆਂ? 4-5 ਗੱਡੀਆਂ ਜਾਣੀਆਂ ਸੀ। ਹਾਂਜੀ, ਪਤਾ ਲੱਗਿਆ ਫਿਰ ਕਿਵੇਂ ਲੱਗਿਆ? ਇੱਥੇ ਕੂੜੇ ਕਾਰਨ ਲੱਗੀ ਹੈ ਮੈਨੂੰ ਲੱਗਦਾ, ਸ਼ਾਇਦ ਆਈ ਥਿੰਕ ਕੂੜੇ ਦੇ ਕਰਕੇ। ਇੱਕ ਗਰਮੀ ਵੀ ਬਹੁਤ ਜ਼ਿਆਦਾ ਹੈਗਾ, ਗਰਮੀ ਕਰਕੇ ਵੀ ਹੋ ਸਕਦਾ ਹੈਗਾ। ਹਾਂਜੀ ਸਰ, ਸਾਨੂੰ ਸਰ 2255 'ਤੇ ਕਾਲ ਆਈ ਸੀ ਵੀ SSP ਸਾਹਿਬ ਦੀ ਕੋਠੀ ਦੇ ਕੋਲ ਕਾਰ ਨੂੰ ਅੱਗ ਲੱਗੀ ਹੈ ਜੀ, ਅਤੇ ਅਸੀਂ ਤੁਰੰਤ ਹੀ ਸਰ ਉੱਥੋਂ ਗੱਡੀ ਕੱਢਤੀ ਜੀ। ਕੀ ਲੱਗਦਾ ਕਾਰਨ ਕੀ ਲੱਗ ਰਿਹਾ ਤੁਹਾਨੂੰ ਦੇਖ? ਸਰ ਹਜੇ ਸਰ ਮਾਲਕਾਂ ਨੂੰ ਮਿਲੇ ਨਹੀਂ ਜੀ ਵੀ ਕੀ ਕਾਰਨ ਹੈ, ਕੀ ਗੱਲਬਾਤ ਹੈ, ਵੀ ਮੌਕੇ ਪਤਾ ਨਹੀਂ ਲੱਗਾ, ਇਸ ਤਾਂ ਕਿ ਅੱਗ ਭਜਾਉਣ ਲੱਗ ਗਈ ਜਾਂ ਕੰਟਰੋਲ ਕਰ ਲਈ। ਨੁਕਸਾਨ ਕਿੰਨਾ ਗੱਡੀ ਦਾ? ਗੱਡੀ ਸਰ ਮੂਹੇ ਮੱਚ ਗਈ ਪੂਰੀ ਸਾਰੀ ਜੀ।